ਅੱਜ ਤਾਂ ਮੈਂ ਬਹੁਤ ਖੁਸ਼ ਹਾਂ, ਬਹੁਤ ਜ਼ਿਆਦਾ ਖੁਸ਼ ਹਾਂ ਕਿ ਅੱਜ ਨਾ ਮੈਂ ਨਾ ਦੇਖ ਮੈਂ ਇੱਕ ਤਾਂ ਨਿਊ ਲੁੱਕ ਦੇਖੋ ਕਿਹੋ ਜਿਹੀ ਲੱਗ ਰਹੀ ਹੈ, ਤੇ ਕਾਲੀਆਂ ਐਨਕਾਂ, ਇਹ ਦੇਖੋ ਤਾਂ ਨੂ ਲੁੱਕ ਹੁਣ ਪਬਲਿਕ ਦੱਸੂਗੀ ਲੈ ਹੈ। ਪਬਲਿਕ ਨੂੰ ਕੀ ਹੈ, ਮੈਂ ਕਿੰਨੀ ਸੋਹਣੀ ਲੱਗੀ ਜਾਂਦੀ ਹਾਂ ਦੇਖ ਲੈ। ਹਾਂ ਇਹ ਤਾਂ ਹੁਣ ਸਾਰੇ ਦੱਸਣਗੇ ਬਾਈ ਕਿ ਕਿਹੋ ਜਿਹੀ ਲੱਗ ਰਹੀ ਹੈ। ਚਸ਼ਮੇ ਵੀ ਤਾਂ ਲਾ ਲੈ ਫਿਰ, ਹੁਣ ਅੰਦਰ ਕਿਵੇਂ ਲਾ ਲਾ ਚਸ਼ਮੇ, ਬਾਹਰ ਧੁੱਪ ਚ ਲਾਉਣੇ ਆ ਆਹ ਮੇਰੇ ਤਾਂ ਤੈਨੂੰ ਤੈਨੂੰ ਦੇਖਣਾ ਹੀ ਨਹੀਂ ਇੱਥੇ, ਨਾ ਦੇਖਣਾ ਹੀ ਲਓ ਨਹੀਂ ਜੀ ਹੈ। ਚਸ਼ਮੇ ਵੀ ਆਪਾਂ ਲਾ ਲਏ। ਹਾਂ ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ੍ਰੀ ਅਕਾਲ ਜੀ। ਅੱਜ ਅਸੀਂ ਜਾ ਰਹੇ ਹਾਂ ਦਿੱਲੀ ਤੇ ਫੈਸ਼ਨ ਵੀਕ ਚੱਲ ਰਿਹਾ ਜਿਹੜਾ ਦ ਟਾਈਮਸ ਆਫ ਇੰਡੀਆ ਵੱਲੋਂ ਆਰਗੇਨਾਈਜ਼ ਕਰਵਾਇਆ ਜਾ ਰਿਹਾ ਹੈ, ਤੇ ਹਮੇਸ਼ਾ ਅਸੀਂ ਉੱਥੇ ਸ਼ਰੀਕ ਹੁੰਦੇ ਹਾਂ। ਤੇ ਇਸ ਵਾਰ ਤਾਂ ਫਿਰ ਪੰਮੀ ਦੀ ਸਿਲੈਕਸ਼ਨ ਹੋ ਗਈ ਹੈ, ਹਾਂ ਜੀ ਫੈਸ਼ਨ ਸ਼ੋਅ ਦੇ ਵਿੱਚ ਇਹ ਖੁਦ ਹਿੱਸਾ ਲਊਗੀ ਤੇ ਪਾਰਟਿਸਿਪੇਟ ਕਰੂਗੀ ਇਹ, ਜੀ ਔਰ ਇਹਨੇ ਰੈਂਪ ਤੇ ਚੱਲਣਾ ਹੈ ਮਾਡਲਾਂ ਦੇ ਨਾਲ, ਤੇ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਹੈ ਕਿ ਇੱਕ ਦੇਸੀ ਪੇਂਡੂ ਕੱਖ ਖੋਤਰੂ ਜਨਾਨੀ ਰੈਂਪ ਤੇ ਚੱਲੂਗੀ ਤੇ ਨਜ਼ਾਰਾ ਆ ਜਾਊਗਾ। ਫਿਰ ਦੇਖ 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 ਦਰਸ਼ਕ ਕੱਖ ਦੱਸਣਗੇ ਕਿ ਬਾਈ ਹਾਂ ਖੋਤਰੂ। ਕਿਵੇਂ ਹੈ, ਕਿਹੋ ਜਿਹਾ ਲੱਗਿਆ, ਪਹਿਲੀ ਵਾਰੀ ਰਿਕਾਰਡ ਟੁੱਟ ਚ ਰਿਹਾ ਬਾਈ ਤੇ, ਹਨਾ ਪੰਮੀ ਤੇ ਫਿਰ ਖੁਸ਼ ਹੈ ਤੂੰ ਤਾਂ ਪੂਰੀ, ਹਨਾ। ਬਾਲੀ ਬਾਲੀ ਖੁਸ਼ ਆ ਕਿ ਹਾਏ ਹਾਂ ਜੀ ਮੈਨੂੰ ਰੈਂਪ ਤੇ ਤੇ ਅਗਰ ਫਿਰ ਮੌਕਾ ਕਿਵੇਂ ਮਿਲਿਆ ਨਾ ਚੱਲਣ ਦਾ ਤੇ ਤਾਂ ਮੈਂ ਤਾਂ ਭਾਈ ਧੂੜਾ ਪੱਟ ਦੂੰਗੀ ਉੱਥੇ। ਰੈਂਪ ਦਾ ਮੌਕਾ ਤਾਂ ਮਿਲ ਤਾਂ ਗਿਆ ਤੈਨੂੰ, ਹੁਣ ਫਾਰਮ ਭਰਿਆ ਸੀ ਬਾਈ ਇਹਨੇ, ਤੇ ਫਾਰਮ ਜਿਹੜਾ ਉਹ ਮਾਡਲਾਂ ਦੇ ਵਿੱਚ ਇਹਦੀ ਸਿਲੈਕਸ਼ਨ ਹੋ ਗਈ ਹੈ, ਉਹਨਾਂ ਨੇ ਇਨਵਾਈਟ ਕੀਤਾ ਹੋਇਆ ਹੈ ਤੇ ਮੌਕਾ ਤੈਨੂੰ ਮਿਲ ਗਿਆ ਲੈ ਚੱਲਣ ਨੂੰ ਤੇ। ਕੀ, ਜਿਵੇਂ ਉਹ ਚੱਲਣੀ ਹੈ ਮੈਂ ਚੱਲ ਪੂੰਗੀ ਉਹਨਾਂ ਨੂੰ ਹਾਂ ਦੇਖ ਹਾਂ ਦੇਖ ਨਹੀਂ ਕੇ। ਦਿਖਾ ਤਾਂ ਸਹੀ ਵੀ ਕਿਵੇਂ ਚੱਲੇਗੀ। ਹਾਂ ਲੈ ਚੱਲਣ ਨੂੰ ਕਿ ਉਹ ਇੰਜ ਕਰਕੇ ਚੱਲਦੀਆਂ ਹੁੰਦੀਆਂ ਹਾਂ, ਨੇ ਇਹ, ਦਿਖਾ ਦਿਖਾ ਜਈਂ ਹਾਂ ਜਈਂ ਹਾਂ ਜਈਂ ਜਈਂ ਜਈਂ। ਮੈਨੂੰ ਲੱਗਦਾ ਤੂੰ ਬੇਇੱਜ਼ਤੀ ਕਰਾਏਂਗੀ, ਕਿਉਂ ਬੇਇੱਜ਼ਤੀ ਪੱਕਾ, ਕਰਾਂਗਾ, ਆਈ ਹੋਰ ਤਾਂ ਕੀ ਹੈ, ਚੱਲਦੀਆਂ ਹੋਰ ਹੋਰ ਕੀ ਕੀ ਹੈ। ਹੈ, ਮੈਂ ਨਹੀਂ ਜਾਂਦਾ ਤੇਰੇ ਨਾਲ, ਬੇਇੱਜ਼ਤੀ ਨਾ ਕਰਾ ਦੇ ਕਿਤੇ ਖਾਮਖਾ, ਤੈਨੂੰ ਮੌਕਾ ਮਿਲਿਆ, ਦੇਖ ਤੈਨੂੰ ਕਿੰਨਾ ਵਧੀਆ ਮੌਕਾ ਮਿਲਿਆ ਹੈ ਤਾਂ ਮਾਡਲਾਂ ਨਾਲ ਫਿਰ ਚੱਲਣ ਦਾ ਹਾਂ ਰੈਂਪ ਤੇ, ਆਹੋ ਤੇ ਫਿਰ ਤੂੰ ਯਾਰ ਵਧੀਆ ਚੱਲੀ, ਤੇ ਵਧੀਆ ਹੋ ਅੱਜ। ਤੈਨੂੰ ਘੰਟਾ, ਮੈਂ ਤੈਨੂੰ 6 ਮਹੀਨੇ ਹੋ ਗਏ ਕੂਕਦੇ ਨੂੰ, ਵੀ ਉਹ ਟ੍ਰੇਨਿੰਗ ਕਰ ਲੈ, ਟ੍ਰੇਨਿੰਗ ਕਰ ਲੈ, ਥੋੜਾ ਜਿਹਾ ਹੋਰ, ਇੰਨਾ ਫਾਸਟ ਨਹੀਂ ਚੱਲਣਾ, ਆਰਾਮ ਹੋਰ ਨਾਲ, ਠੀਕ ਹੈ ਨਾ। ਆਰਾਮ ਨਾਲ, ਹਾਂ ਹਾਂ ਐਂ ਕਰਕੇ ਐਂ ਜੀ ਪੈਰ ਜੇ ਰੱਖਦੀਆਂ ਹਾਂ ਹਾਂ ਹੁੰਦੀਆਂ ਹਾਂ ਐਂ ਹਾਂ ਜੀ ਹਾਂ 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 ਐਂ ਓਏ ਜੀ ਐਂ ਕਾਨੂੰ ਹੋਰ ਉਹ ਹੁਣ ਉੱਥੇ ਜਿਵੇਂ ਦੱਸਣ ਗਏ ਹੁਣ ਦੇਖ ਲਈ, ਚੱਲ ਫਿਰ ਚੱਲ ਚੱਲੀਏ ਠੀਕ ਆ, ਹਾਂ ਲੇਟ ਨਾ ਹੋਈਏ, ਠੀਕ ਤੇ ਹੈ। ਲੇਟ ਨਾ ਹੋਈ। ਮੈਂ ਤਾਂ ਭਾਈ ਹਾਏ ਦੱਸੋ ਜੀ ਅੱਜ ਮੇਰੀ ਨਿਊ ਲੁੱਕ ਕਿਹੋ ਜੀ ਹੈ, ਤੇ ਕਰਮਾ ਜੀ ਵੀ ਅੱਜ ਨਿਊ ਲੁੱਕ ਦੇ ਵਿੱਚ ਹੀ ਹੈ ਦੇਖ, ਆਹ ਹੱਕ ਜੀ ਜਾਲੀ ਐ ਵਾਲੀ ਨਾ ਨੈੱਟ ਥੋੜਾ ਜਿਹਾ, ਦੀ ਆਪਣੇ ਬੰਨੀ ਹੋਈ ਹੈ ਇਹਨਾਂ ਉਹ ਯਾਰ ਨੇ, ਫਿਰ ਪੰਮੀ ਦੇ ਨਾਲ ਫਿਰ ਦੇਖੀ ਫੈਸ਼ਨ ਸ਼ੋਅ ਤੇ ਜਾਣਾ ਇੱਧਰ ਪਿਆ ਹੋ ਨੇ ਜਾਓ ਕੰਮ ਥੋੜਾ ਜਿਹਾ। ਖਾ, ਹਾਂ ਕੋਈ ਐ ਸੋਚੂਗਾ ਵੀ ਇਹ ਦੇਖੋ ਜੀ ਮੈਨੂੰ ਤਾਂ ਮੌਕਾ ਮਿਲਿਆ ਤੇ ਇਹਨੂੰ ਮੌਕਾ ਮਿਲਿਆ ਨਹੀਂ ਦੇ, ਹਾਂ ਚਲੋ ਕੋਈ ਗੱਲ ਨਹੀਂ, ਆਪਾਂ ਦੇਖ ਲਾਂਗੇ, ਕੋਈ ਐਸੀ ਗੱਲ ਨਹੀਂ ਤੁਸੀਂ ਹੈ। ਮੈਨੂੰ ਦੇਖਿਓ ਅੱਜ ਮੈਂ ਨਵੀਂ ਲੁੱਕ ਤੇ ਆ, ਮੇਰੀ ਲੁੱਕ ਚਲੋ ਵੀ ਦੱਸਿਆ ਜੀ ਕਿਹੋ ਜੀ, ਤੇ ਮੈਂ ਰੈਡੀ ਕਿਹੋ ਤੇ ਜੀ ਵਧੀਆ ਹੋਈ ਵਧੀਆ ਆ, ਹਸਤੀਆਂ ਹੋਣਗੀਆਂ, ਤੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਹਾਂਜੀ ਹਸਤੀਆਂ ਮਾਡਲਾਂ ਉੱਥੇ ਆ ਰਹੀਆਂ ਨੇ ਜੀ ਫੈਸ਼ਨ ਵੀਕ ਦੇ ਵਿੱਚ। ਇੰਟਰਨੈਸ਼ਨਲ ਇਹ ਫੈਸ਼ਨ ਵੀਕ ਹੈ ਟਾਈਮਜ਼ ਆਫ ਇੰਡੀਆ ਦੇ ਵੱਲੋਂ ਜੀ, ਤੇ ਦਿੱਲੀ ਦੇ ਵਿੱਚ ਹੋ ਰਿਹਾ ਹੈ, ਮੌਕਾ ਮੈਨੂੰ ਮਿਲ ਚੁੱਕਿਆ ਹੈ ਤੇ ਮੈਂ ਬਹੁਤ ਖੁਸ਼ ਹਾਂ, ਤੇ ਹੁਣ ਮੈਂ ਜਾ ਕੇ ਨਾ ਰੈਂਪ ਤੇ ਹਾਂ ਬਾਈ ਚੱਲਣਾ ਹੀ ਚੱਲਣਾ ਹੈ, ਦੇਖਣਾ ਹੈ ਕਿ ਕਿਵੇਂ ਤੇ ਕਿਵੇਂ ਕਰਦੀ ਚੱਲਾਂਗੇ, ਹੈ, ਕਿਵੇਂ ਰੈਂਪ ਤੇ ਚੱਲਦੀ ਹੈ, ਜਰੂਰ ਤੁਸੀਂ ਦੇਖਿਓ, ਤੁਹਾਨੂੰ ਦਿਖਾਵਾਂਗੇ ਅਸੀਂ ਤੇ ਕਿਵੇਂ ਦੇਖਿਓ ਕਿਵੇਂ ਬਾਈ। ਚੱਲਦੀ ਹੈ, ਜਿਵੇਂ ਮਾਡਲਾਂ ਚੱਲਣਗੀਆਂ ਉਵੇਂ ਹੀ ਚੱਲੂੰਗੀ। ਓਏ ਹਾਂ ਮੈਂ ਕਿਹੜਾ ਫਿਰ ਗਲਤ ਬੋਲੀ ਜਾਂਦਾ, ਗਲਤ ਬੋਲੀ ਜਾਂਦਾ, ਹੈ ਆਪ ਤਾਂ ਮੇਰੇ ਤੇ ਮੱਚੀ ਜਾਂਦਾ ਉਲਟਾ, ਹੈ ਸਗੋਂ ਹੋਰ ਕੀ ਹੈ, ਮੇਰੀ ਤੇ ਨਵੀਂ ਲੁੱਕ ਦੇਖ ਕੇ ਵੀ ਮੱਚੀ ਜਾਂਦਾ, ਮੈਨੂੰ ਪਤਾ ਹੈ, ਮੈਂ ਕਿਉਂ ਮੱਚੂਗਾ, ਮੈਂ ਤਾਂ ਤੇ ਉੱਥੇ ਹੋਰ ਹੁਣ ਕੀ, ਬਥੇਰੀਆਂ ਮਾਡਲਾਂ ਹੋਊਗਾ ਉੱਧਰ ਦੇਖੂੰਗਾ, ਤੇਰੇ ਵੱਲ ਦੇਖੂੰਗਾ ਉਹੀ ਤਾਂ ਫਿਰ ਦੇਖ ਕੇ ਤੇ ਦਿਖਾਈ ਤੂੰ ਮਾਡਲਾਂ ਵੱਲੇ, ਮੈਂ ਤੈਨੂੰ ਦਿਉਂ ਤੇ ਨੇਸਰੀ ਤੂੰ ਆਪਦੇ ਉੱਤੇ। ਮਾਡਲਾਂ ਉੱਧਰ ਧਿਆਨ ਕਰੀ, ਹੋਰ ਤੂੰ ਆਪਦਾ ਰੈਂਪ ਵਾਲੇ ਚਲੋ ਪਾਸੇ। ਜੀ ਆਪਾਂ ਚੱਲਦੇ ਹਾਂ, ਥੈਂਕ ਯੂ ਬਾਏ।
ਹਾਂਜੀ, ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਦਾ ਟਾਈਮਜ਼ ਆਫ ਇੰਡੀਆ ਦਾ ਜਿਹੜਾ ਫੈਸ਼ਨ ਵੀਕ ਚੱਲ ਰਿਹਾ, ਦਾ ਗ੍ਰੈਂਡ ਹੋਟਲ, 7-star ਹੋਟਲ ਦਾ ਗ੍ਰੈਂਡ ਪਹੁੰਚ ਚੁੱਕੇ ਹਾਂ। ਔਰ ਪੰਮੀ ਇੱਥੇ ਫਿਰ ਪਾਰਟਿਸਪੇਟ ਕਰਨ ਵਾਸਤੇ ਜਾ ਰਹੀ ਹੈ। ਹਾਂਜੀ, ਮੈਂ ਬਹੁਤ ਖੁਸ਼ ਹਾਂ ਤੇ ਆਪਾਂ ਨਾ ਰੈਂਪ ਤੇ ਹੁਣ ਚੱਲਣਾ ਹੈ ਤੇ ਚੱਲ ਕੇ ਜੋ ਵੀ ਸੀਨ ਹੋਣਗੇ ਨਾ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਵਾਂਗੇ। ਤੇ ਚਲੋ ਜੀ, ਇੱਥੇ ਕੁੜੀਆਂ ਬਹੁਤ ਸਾਰੀਆਂ ਮਾਡਲਾਂ ਆਈਆਂ ਹੋਈਆਂ ਨੇ ਤੇ ਪੰਮੀ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਮੈਂ ਵੀ ਇੱਕ ਉਹਨਾਂ ਚੋਂ ਮਾਡਲ, ਤੇ ਮਾਡਲ ਤਾਂ ਨਹੀਂ ਹੈ ਮੈਂ, ਪਰ ਬਣ ਜੂੰਗੀ ਕਦੇ, ਕੋਈ ਗੱਲ ਨਹੀਂ, ਚਿੰਤਾ ਨਾ ਕਰੋ। ਜੇ ਇਨਵਾਈਟ ਕੀਤੀ ਤਾਂ ਤੁਹਾਨੂੰ ਹੈਗੀ ਆ? ਹੁਣ ਤਾਂ ਹਾਂ, ਇਸ ਟਾਈਮ ਤਾਂ ਹੈਗੀ ਆ। ਚਲੋ ਫਿਰ ਜਾਓ ਫਿਰ ਤੁਸੀਂ, ਹੈ ਠੀਕ ਹੈ। ਤੇ ਚਲੋ ਜੀ, ਆਪਾਂ ਚੱਲਦੇ ਆ ਹੁਣ ਜਾ ਕੇ ਤੇ ਆਪਾਂ ਜੋ ਵੀ ਸੀਨ ਹੋਣਗੇ ਮਾਡਲਾਂ ਦੇ ਨਾਲ ਆਪਾਂ ਸ਼ੇਅਰ ਕਰਦੇ ਰਵਾਂਗੇ। ਤੁਸੀਂ ਜਾਓ। ਹਾਂਜੀ, ਇਧਰ ਮਾਡਲਾਂ ਤਿਆਰ ਹੋ ਕੇ ਆ ਚੁੱਕੀਆਂ ਨੇ ਤੇ ਮੈਂ ਤਾਂ ਵੈਸੇ ਅੱਜ ਸਿੰਪਲ ਕੱਪੜਿਆਂ 'ਚ ਹੀ ਆ। ਚਲੋ ਕੋਈ ਨਹੀਂ, ਆਪਾਂ ਸਿੰਪਲ 'ਚ ਹੀ ਕਰ ਲਾਂਗੇ, ਕੋਈ ਗੱਲ ਨਹੀਂ। ਮੈਂ ਪਾ ਕੇ ਆਉਂਦੀ ਤਾਂ ਮੈਨੂੰ ਕਹਿ ਦੇਣਾ ਸੀ ਇਹਨਾਂ ਨੇ ਕਿ ਤੂੰ ਤਾਂ ਆਖੇ ਵੀ ਸੱਭਿਆਚਾਰਕ ਮੇਲੇ ਵਾਲੀ ਲੱਗ ਰਹੀ, ਸੱਭਿਆਚਾਰਕ ਵਾਲੀ। ਚਲੋ ਜੀ, ਕੋਈ ਗੱਲ ਨਹੀਂ, ਨਾਲ ਹੈਗੀਆਂ ਮਾਡਲਾਂ, ਇੱਧਰ ਆਪਾਂ ਵੀ ਹੁਣ ਚੱਲਾਂਗੇ ਨਾਲ ਨਾਲ। ਮੈਨੂੰ ਤਾਂ ਉਹਨਾਂ ਨੇ ਰੱਖਿਆ ਹੀ ਨਹੀਂ ਰੈਂਪ ਤੇ, ਚੱਲਣ ਨੂੰ ਜਗ੍ਹਾ ਹੀ ਨਹੀਂ ਦਿੱਤੀ। ਕਹਿੰਦੇ ਕਿ ਨਹੀਂ ਨਹੀਂ ਤੂੰ ਤਾਂ ਰੈਂਪ ਹੀ ਤੋੜ ਦੇਂਗੀ, ਅਖੇ ਤੂੰ ਤਾਂ ਘੋੜੇ ਵਾਂਗੂ ਚੱਲਦੀ ਹੈ। ਮੈਂ ਇੰਨੇ ਦਿਨ ਹੋ ਗਏ ਐਵੇਂ ਬਸ ਐ ਉਹ ਕਰਦੀ ਰਹੀ। ਉਹ ਤਾਂ ਮੈਨੂੰ ਵੀ ਪਤਾ ਸੀ ਵੀ ਉਹ ਨਹੀਂ ਰੱਖਣਗੇ, ਨਹੀਂ ਰੱਖਣ। ਮੈਂ ਤੈਨੂੰ 6 ਮਹੀਨੇ ਦਾ ਕਹੀ ਜਾਂਦਾ ਸੀ ਪੰਮੀ ਵੇਟ ਘੱਟ ਕਰ ਲੈ, ਵੇਟ ਘੱਟ ਕਰ ਲੈ, ਪਰ ਤੂੰ ਮੰਨੀ ਹੈ? ਲੈ ਹਾਂ, ਉਹ ਕਹਿੰਦੇ ਤੂੰ ਕਪਾਈ ਪਹਿਲਾਂ ਕਹਿੰਦੇ ਵੇਟ ਘੱਟ ਕਰਕੇ ਆ ਫੇਰ ਆਈ ਤੂੰ ਅਖੇ ਇੱਥੇ। ਇਹ ਤਾਂ ਉਹਨਾਂ ਨੇ ਜਦੋਂ ਮੈਨੂੰ ਸ਼ੁਰੂ ਚੋਂ ਕਹਿਤਾ ਸੀ, ਆ ਹੁਣ ਮੈਂ ਜਾ ਕੇ ਨਹੀਂ ਆਇਆ। ਉਹ ਕਹਿੰਦੇ ਭਾਈ ਇਹ ਤਾਂ ਕੁਛ ਨਹੀਂ ਗਾਵਾਂ ਕੋ ਚਲਦੀ ਹੈ। ਲੈ ਹੁਣ ਮੈਂ ਕੀ ਕਰਾਂ, ਇੰਨੇ ਦਿਨਾਂ ਦੀ ਮੇਰੀ ਮਿਹਨਤ ਤਾਂ ਐਵੇਂ ਗਈ ਨਾ। ਹੁਣ ਮਿਹਨਤ ਫਿਰ ਜਾਣੀ ਸੀ, ਮੈਨੂੰ ਚੱਲਣ ਨਹੀਂ। ਕਹਿੰਦੇ ਭਾਈ ਤੂੰ ਤਾਂ ਰੈਂਪ ਤੋੜ ਦੇਂਗੀ, ਤੂੰ ਤਾਂ ਘੋੜੇ ਵਾਂਗੂ ਚੱਲਦੀ ਐ। ਘੋੜੇ ਵਾਂਗੂ ਨਹੀਂ, ਪੁੱਛ ਰਹੀ ਹੋਈ ਗਾਂ ਵਾਂਗੂ ਚੱਲਦੀ ਐ ਤੂੰ। ਦੱਸਾਂ ਮੈਂ ਪੁੱਛ ਰਹੀ ਹੋਈ ਗਾਂ ਵਾਂਗੂ, ਇੰਨੇ ਦਿਨ ਹੋ ਗਏ ਮੈਂ ਐਵੇਂ ਇੱਥੇ ਐਵੇਂ ਮਾਡਲਾਂ ਦੀ ਉਹ ਕਰਦੀ ਰਹੀ ਐਕਟਿੰਗ। ਮੈਂ ਆਰਗੇਨਾਈਜ਼ਰ ਨਾਲ ਗੱਲ ਕਰਕੇ ਆਇਆ, ਉਹ ਕਹਿੰਦਾ ਭਾਈ ਇਹ ਰੈਂਪ ਤੋੜ ਦੂਗੀ, ਖਾਵਾਂਗਾ ਕਿਉਂ ਖਾਵਾਂਗਾ ਇਹਨੂੰ, ਜਾਂ ਤਾਂ ਵੇਟ ਘੱਟ ਕਰਦੀ, ਫਿਰ ਤਾਂ ਗੱਲ ਸੀ। ਲੈ ਤੁਹਾਨੂੰ ਕਿਉਂ ਕੱਟਦਾ ਰੈਂਪ ਤੋਂ? ਮੈਨੂੰ ਉਹਨਾਂ ਨੇ ਕੱਢ ਦਿੱਤਾ, ਕਹਿੰਦੇ ਕਿ ਤੂੰ ਤਾਂ ਮੋਟੀ ਵਾਲੀ ਐ, ਤੂੰ ਤਾਂ ਗਾਂ ਵਾਂਗੂ ਚੱਲਦੀ ਐ, ਪੁੱਛ ਰਹੀ ਹੋਈ ਵਾਂਗੂ। ਉਹ ਤਾਂ ਭਾਈ ਮੈਨੂੰ ਪਤਾ ਸੀ ਇਹਨੂੰ ਕੱਢਣਾ ਹੀ ਸੀ ਇਹਨਾਂ ਨੇ, ਇਹਨੂੰ ਮੈਂ 6 ਮਹੀਨੇ ਦਾ ਕਹੀ ਜਾਣਾ ਵੀ ਵੇਟ ਘਟਾ ਲੈ, ਵੇਟ ਘਟਾ ਲੈ, ਨਹੀਂ ਮੰਨਦੀ। ਮੈਂ ਇੰਨੇ ਦਿਨਾਂ ਦੀ ਮਿਹਨਤ ਕਰ ਰਹੀ ਸੀ, ਹੁਣ ਮੈਂ ਕੀ ਕਰਾਂ? ਤੇ ਮੈਂ ਤਾਂ ਰਹਿ ਗਈ ਨਾ, ਇਹਨੇ ਤਾਂ ਰੈਂਪ ਤੋੜ ਦੇਣਾ ਸੀ, ਮੈਨੂੰ ਪਤਾ ਹੈ। ਹਾਂ ਆਰਗੇਨਾਈਜ਼ਰ, ਹਾਂ ਆਰਗੇਨਾਈਜ਼ਰ ਭਾਈ ਸਾਹਿਬ ਇਹਨੇ ਰੈਂਪ ਤੋੜ ਦੇਣਾ ਸੀ, ਤੁਸੀਂ ਕਿਹਾ ਸੀ ਮੈਨੂੰ। ਹਾਂ ਲਓ ਜੀ, ਅੰਦਰ ਆਪਾਂ ਐਂਟਰੀ ਕਰ ਲਈ ਹੈ ਹੁਣ ਤੇ ਹੁਣ ਮਾਡਲਾਂ ਦੇਖਾਂਗੇ ਤੇ ਮੈਂ ਵੀ ਚੱਲਣ ਦੀ ਕੋਸ਼ਿਸ਼ ਕਰੂੰਗੀ, ਪਰ ਇੱਕ ਵਾਰੀ ਤਾਂ ਮੈਨੂੰ ਉਹਨਾਂ ਨੇ ਸਿਲੈਕਟ ਨਹੀਂ ਕੀਤਾ, ਮੈਂ ਦੁਬਾਰੇ ਕੋਸ਼ਿਸ਼ ਕਰੂੰਗੀ ਚੱਲਣ ਦੀ। ਮੈਂ ਤਾਂ ਇੱਥੇ ਚੱਲੂੰਗੀ ਰੈਂਪ ਤੇ, ਐਵੇਂ ਚੱਲਣੀ ਮਾਰੂਗਾ ਤੇ ਸਾਡਾ। ਹਾਂ ਮੈਂ ਚੱਲੂੰਗੀ, ਮੈਨੂੰ ਨਹੀਂ ਪਤਾ ਕਿ ਮੈਂ ਚਾਹਨੀ ਆ। ਅਗਲੇ ਨੇ ਕਹਿਤਾ ਵੀ ਰੈਂਪ ਤੋੜ ਦੇਂਗੀ, ਫਿਰ ਐਵੇਂ ਤੋੜ ਦੂੰਗੀ, ਐਵੇਂ ਨਾ ਮਾਡਲਾਂ ਦੇ ਵਿੱਚ ਫਰਜੀ ਕਿਤੇ। ਮੈਂ ਤੈਨੂੰ ਕਿੰਨੇ ਵਾਰੀ ਕਿਹਾ 28 ਲੱਖ ਵਾਲੀਆਂ ਇਹ, ਤੇਰਾ 56 ਲੱਖ ਹੈ, ਬਠਿੰਡੇ ਦੇ ਥਰਮਲ ਪਲਾਂਟ ਵਰਗਾ ਤੇਰਾ ਲੱਖ ਹੈ। ਤੈਨੂੰ ਕਿੰਨੇ ਵਾਰੀ ਮੈਂ ਕਹਿੰਦਾ ਰਿਹਾ ਵੀ ਇਹਨੂੰ ਕੋਈ ਘਟਾ ਲੈ, ਨਹੀਂ ਮੰਨੀ ਫਿਰ ਤੂੰ। ਐਵੇਂ ਥਰਮਲ ਪਲਾਂਟ ਹੈ, ਹੁਣ ਉੱਥੇ ਜਾ ਕੇ ਵਿੱਚ ਛੱਪਾ ਮਾਰ ਕੇ ਗਾਵਾਂ, ਉਹਦੇ ਚੜ੍ਹਦੀ ਹੈ ਤੇ ਰੈਂਪ ਤੇ। ਮੈਂ ਤਾਂ ਚੜੂੰਗੀ, ਮੈਂ ਤਾਂ ਮੇਰਾ ਤਾਂ ਸਪਨਾ ਰਹਿ ਗਿਆ ਨਾ ਵਿੱਚ ਰੈਂਪ ਤੇ ਚੱਲਣ ਵਾਲਾ, ਰਹਿ ਗਿਆ ਨਾ ਸਪਨਾ।
ਉਹ ਹੁਣ ਦੁਬਾਰੇ ਤਿਆਰੀ ਕਰ ਲਈ, ਕੋਈ ਗੱਲ ਨੀ, ਅਗਲੇ ਟ੍ਰਾਇਲ ਚੋਂ ਕੱਢਤਾ, ਹੁਣ ਕੱਢਤਾ ਫਿਰ ਬਸ ਗੱਲ ਖਤਮ ਹੈ। ਐਵੇਂ ਨੀ ਹੁਣ ਕਰਦੇ ਹੁੰਦੇ, ਐਵੇਂ ਨਾ ਕਿਤੇ ਛੱਪਾ ਮਾਰ ਕੇ ਕਿਤੇ ਵਿੱਚ ਜਾ ਵੜੀ। ਹਾਂ, ਪਹਿਲਾਂ ਕਹਿੰਦਾ ਬਾਈ ਇਹ ਦੇਸੀ ਹੈ ਤੇ ਵਾਲੀ ਇਹਨੂੰ ਵੇਟ ਘਟਾਏ ਤੇ ਉਹ ਆਪਣਾ ਲੱਗ ਵੀ ਠੀਕ ਕਰੇ। ਇਹ ਕਿੰਨੀ ਵੀ ਦੇਸੀ ਨਹੀਂ ਹੈਗੀ, ਮੈਂ ਤੁਸੀਂ ਹਰਦਮ ਦੇਸੀ ਦੇਸੀ ਕਹਿ ਜੀ ਕਰਕੇ ਖਾਈ, ਪਰ ਮੈਂ ਤੈਨੂੰ ਪੁੱਛੂਗਾ। ਮੈਂ ਤਾਂ ਚਾਹੂੰਗੀ ਮੈਂ ਭੱਜ ਕੇ ਵੜ ਜਾਵਾਂ। ਹੁਣ ਨਹੀਂ ਹੋਣਾ ਤੇ ਐਵੇਂ ਨਾ ਕਿਤੇ ਤੂੰ ਅੰਦਰ ਕਿਤੇ ਛਾਪਾ ਮਾਰ ਕੇ ਅੰਦਰ ਵੜ ਜਾ, ਧਿਆਨ ਰੱਖੀ ਫਿਰ। ਹਾਂ ਚੱਲ ਵੇਖੂਗੀ, ਅਗਰ ਮੇਰਾ ਜੀ ਜਾ ਕਰ ਗਿਆ ਤਾਂ ਮੈਂ ਇਸ ਵਿੱਚ ਚੜ ਜਾਊਂਗੀ। ਚੜੇਂਗੀ ਫਿਰ ਵਿੱਚ ਦੇਖੀ ਜਾਊਗੀ ਫਿਰ। ਆ ਉਹ ਬਾਉਂਸਰ ਹੈ, ਅਗਲੇ ਤੇਰੇ ਬਾਅਦ ਫੜ ਕੇ ਤੈਨੂੰ ਬਾਹਰ ਕੱਢ ਦੇਣਗੇ ਇੱਥੇ। ਤੈਨੂੰ ਕਿੰਨੇ ਵਾਰੀ ਸਮਝਾਤਾ ਫੇਰ ਵੀ ਨਹੀਂ ਸਮਝਦੀ।
ਕੱਪੜਿਆਂ ਦੀ ਡਿਜ਼ਾਈਨਿੰਗ ਦੇਖੀ ਗਈ ਹੈ ਉਹ ਵੀ ਲਾਜਵਾਬ ਸੀ। ਹਾਂਜੀ, ਇਹਨੂੰ ਕਹਿੰਦੇ ਆ ਫੈਸ਼ਨ ਸ਼ੋ ਤੇ ਆਪਾਂ ਅੱਜ ਵੇਖਿਆ ਇੱਥੇ ਆ ਕੇ ਤੇ ਬੜਾ ਅੱਛਾ ਲੱਗਿਆ, ਵਧੀਆ ਲੱਗਿਆ। ਤੇ ਨਹੀਂ ਦੇਖੀ ਨਹੀਂ ਆ ਉਹਨਾਂ ਦੇ ਬਾਈ ਨੂੰ ਡਰੈਸ ਦੇਖੀ ਹੋਈ ਹੈ। ਠੀਕ ਹੈ, ਚਲੋ ਜੀ ਹੁਣ ਹੋਰ ਵੇਖਾਂਗੇ ਫਿਰ ਦੁਬਾਰੇ, ਆਡੀਅੰਸ ਜਾ ਰਹੀ ਹੈ ਤੇ ਮੈਂ ਵੀ ਨਾਲ ਉੱਠ ਕੇ ਚੱਲੀ ਹਾਂ। ਲਓ ਜੀ ਇੱਥੇ ਮਾਡਲਾਂ ਦੀ ਹੋ ਰਹੀ ਹੈ ਤਿਆਰੀ ਤੇ ਸਾਰੀਆਂ ਮਾਡਲਾਂ ਇੱਥੇ ਤਿਆਰ ਹੋ ਰਹੀਆਂ ਨੇ। ਦੇਖੋ ਮਾਡਲ ਤਿਆਰ ਹੋ ਰਹੇ ਨੇ ਸਾਰੇ ਇੱਥੇ, ਕੁੜੀਆਂ ਮੁੰਡੇ। ਇਹ ਮਾਡਲਾਂ ਦਾ ਰੂਮ ਹੈ। ਰੈਡੀ ਹੋ ਰਹੇ ਹੋ? ਆਗੇ ਮਾਡਲਿੰਗ ਕੇ ਲਈ ਰੈਡੀ ਹੋ ਰਹੇ ਹੋ? ਚਲੋ ਜੀ। ਹਾਂਜੀ ਕਰਮਾ ਜੀ ਵੀ ਇੱਥੇ ਫਿਰਦੇ ਨੇ, ਮਾਡਲ ਸਾਰੇ ਰੈਡੀ ਹੋ ਰਹੇ ਨੇ। ਇਹ ਮੇਰੇ ਕੌਫੀ ਲੈ ਕੇ ਆਏ ਆ ਜੀ, ਤੇ ਚਲੋ ਜੀ ਆਪਾਂ ਪੀਨੇ ਹੁਣ ਬੈਠ ਕੇ ਕੌਫੀ। ਤੇ ਸਾਰੇ ਇੱਥੇ ਰੈਡੀ ਹੋ ਰਹੇ ਨੇ ਜਿੰਨੇ ਵੀ ਮਾਡਲਸ ਨੇ ਇੱਥੇ ਸਾਰੇ। ਜ਼ਿਆਦਾ ਹਾਰਡ ਹੋ ਗਈ ਆ ਮੇਰੀ ਵੀ ਧਰਤੀ। ਨਹੀਂ ਤੇਰੀ ਤਾਂ ਲਾਈਟ ਹੀ ਹੈ। ਅੱਛਾ ਅੱਛਾ, ਚਾਕਲੇਟ। ਚਲੋ ਇਹਨਾਂ ਇਹਨਾਂ ਫਲੇਵਰ ਹੈ। ਆਪ ਲੋਗ ਹੀ ਕੌਫੀ ਵਗੈਰਾ ਕੁਝ? ਹਾਂਜੀ ਨਹੀਂ ਨਹੀਂ ਅੱਛਾ ਅੱਛਾ, ਇੱਕ ਫੋਟੋ ਗ੍ਰੈਂਡ ਹੋਟਲ 'ਚ ਹੈਗੇ ਹਾਂ ਅਤੇ ਵਿਸਕੀ ਵਿਸਕੀ ਵੀ ਫਿਰ ਆਪਾਂ ਲਾ ਰਹੇ ਹਾਂ ਅਤੇ ਨਾਲ ਨਾਲ ਆਪਾਂ ਖਾਣਾ ਪੀਣਾ ਵੀ ਚੱਲ ਰਿਹਾ। ਫੈਸ਼ਨ ਤੋਂ ਬਾਅਦ ਫਿਰ ਆਪਾਂ ਹੁਣ ਇਹ ਇੰਜੋਏ ਕਰ ਰਹੇ ਹਾਂ ਬਾਈ। ਹਾਂਜੀ
ਕੇਕ ਮੇਰੀ ਵਾਲੀ ਬਣਾ ਦੋ ਮੈਮ ਹੈ ਹੈ ਵਾਈਨ ਕਰਦੇ ਹਾਂ।